ਰਾਗੀਆਂ ਨੂੰ ਮੈਂ ਕਹਾਂ ਆਪਣੇ ਲਾਣੇ ਨੂੰ ਉਹ ਕੰਜਰੋ ਇਹ ਤੁਹਾਡਾ ਖਾਲਸਾਈ ਵਿਰਾਸਤ ਸਟੂਡੀਓ ਸੀ ਉਹ ਤੁਹਾਨੂੰ ਕੁਝ ਬਣਾਏਗੀ ਪਰ ਭੁੱਲ ਕੇ ਵੀ ਰਾਗੀ ਨਾ ਬਣਿਓ ਕਦੀ ਕਦੀ ਕੀਰਤੀ ਨਹੀਂ ਨਾ ਬਣਿਓ ਸਿੱਖਾਂ ਨੇ ਆਹੀ ਕੁਝ ਦੇਣਾ ਤੇ ਅਸਿੱਲਾ ਦੇਣਾ ਦੇਣਾ ਸਿੱਖਾਂ ਨੇ ਆਪਣੇ ਬੱਚਿਆਂ ਨੂੰ ਕਦੇ ਕੀਰਤਨੀਏ ਨਾ ਬਣਾਇਓ ਇਹ ਗੱਲ ਕੋਈ ਹੋਰ ਨਹੀਂ ਬਲਕਿ ਕੀਰਤਨੀਏ ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲੇ ਆਖ ਰਹੇ ਨੇ ਉਹ ਵੀ ਰੋ ਰੋ ਕੇ ਅਤੇ ਕੀਰਤਨੀਆਂ ਨੂੰ ਲਾਹਨਤਾਂ ਵੀ ਪਾ ਰਹੇ ਨੇ ਨਾਲ ਹੀ ਵਾਰ ਵਾਰ ਮਨਮੋਹਨ ਸਿੰਘ ਮੋਣੀ ਅਤੇ ਮਨਮੋਹਨ ਸਿੰਘ ਵਿੱਕੀ ਦਾ ਨਾਂ ਵੀ ਲੈ ਰਹੇ ਨੇ ਜਿਨ੍ਹਾਂ ਕਰਕੇ ਕੀਰਤਨੀਏ ਦਾ ਇਹ ਹਾਲ ਹੋਇਆ ਅਤੇ ਉਹਨਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਕੀਰਤਨੀਏ ਭਾਈ ਗੁਰਪ੍ਰੀਤ ਸਿੰਘ ਦੀ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕੌਮ ਦੇ ਕੀਰਤਨੀਆਂ ਨੂੰ ਰੋ ਰੋ ਕੇ ਦੁਹਾਈ ਦੇ ਰਹੇ ਨੇ ਕਿ ਆਪਣੇ ਬੱਚਿਆਂ ਨੂੰ ਕੀਰਤਨੀਏ ਨਾ ਬਣਾਉਣਾ ਨਾਲ ਹੀ ਗੁਰੂ ਦੇ ਸਿੰਘਾਂ ਨੂੰ ਵੀ ਆਪਣੀ ਜ਼ਮੀਰ ਜਗਾਉਣ ਦਾ ਵਾਸਤਾ ਦੇ ਰਹੇ ਨੇ ਕੀਰਤਨੀਏ ਦਾ ਕਹਿਣਾ ਹੈ ਕਿ ਉਹ ਇੰਨਾ ਦੁਖੀ ਹੈ ਕਿ ਆਪਣੀ ਜ਼ਿੰਦਗੀ ਖਤਮ ਕਰਨ ਲੱਗਾ ਕਿਉਂਕਿ ਕੀਰਤਨ ਉਹਨਾਂ ਦੀ ਰੂਹ ਦੀ ਖੁਰਾਕ ਹੈ ਅਤੇ ਉਹਨਾਂ ਦੀ ਖੁਰਾਕ ਉਹਨਾਂ ਤੋਂ ਖੋਈ ਗਈ ਹੈ ਜਿਸ ਦੇ ਬਿਨਾਂ ਜਿੰਦਾ ਰਹਿਣ ਦਾ ਸਵਾਲ ਹੀ ਨਹੀਂ ਕੀਰਤਨੀਏ ਵੱਲੋਂ ਕਿਸ ਤਰ੍ਹਾਂ ਦੁਹਾਈ ਤੇ ਵਾਸਤਾ ਦਿੱਤਾ ਜਾ ਰਿਹਾ ਹੈ ਤੇ ਮੋਣੀ ਤੇ ਵਿੱਕੀ ਨੂੰ ਸਬਕ ਸਿਖਾਉਣ ਦੀ ਗੱਲ ਆਖੀ ਜਾ ਰਹੀ ਹੈ ਆਓ ਸੁਣਦੇ ਹਾਂ ਰਾਗੀਆਂ ਨੂੰ ਮੈਂ ਕਹਾਂ ਆਪਣੇ ਲਾਣੇ ਨੂੰ ਉਹ ਕੰਜਰੋ ਇਹ ਤੁਹਾਡਾ ਖਾਲਸਾਈ ਵਿਰਾਸਤ ਸਟੂਡੀਓ ਸੀ ਜਿਹੜਾ ਇਹ ਮਨਮੋਹਨ ਸਿੰਘ ਹੜੱਪਦਾ ਪਿਆ ਹੈ ਕਦੀ ਆ ਕੇ ਦੇਖੋ ਇਹ ਤੁਹਾਡਾ ਸਟੂਡੀਓ ਸੀ ਇੱਥੋਂ ਤੁਹਾਡੇ ਬੱਚੇ ਕੀਰਤਨੀਏ ਬਣ ਕੇ ਨਿਕਲਣੇ ਸੀ ਤੇ ਤੁਹਾਡੇ ਬੱਚਿਆਂ ਦਾ ਭਲਾ ਆਉਣਾ ਸੀ ਇੱਥੇ ਤੇ ਹੋ ਰਿਹਾ ਪਿਛਲੇ 6 ਸਾਲਾਂ ਤੋਂ ਕਿਹਨੂੰ ਨਹੀਂ ਪਤਾ ਕਿਹਨੂੰ ਨਹੀਂ ਪਤਾ ਇਹ ਤੁਹਾਡਾ ਸਟੂਡੀਓ ਸੀ ਤੁਹਾਡਾ ਸਾਰਾ ਕੋਈ ਮਨਮੋਹਨ ਸਿੰਘ ਹੜਪ ਰਿਹਾ ਜ਼ਿੰਦਗੀ ਭਰ ਦੀ ਕਮਾਈ ਮੇਰੀ ਨਹੀਂ ਤੁਹਾਡੀ ਕੀਰਤਨੀਓ ਔਰ ਰਾਗੀ ਉਹ ਤੁਹਾਡੀ ਸੀ ਇਹ ਕਮਾਈ ਸਾਰੀ ਜਿਹੜੀ ਮਨਮੋਹਨ ਸਿੰਘ ਹੜਪ ਰਿਹਾ ਤੇ ਅਵਿੱਕੀ ਜਿਹੜਾ ਗੰਦ ਘੋਲ ਰਿਹਾ ਤੇ ਪਿਛਲੇ 25-30 ਸਾਲ ਤੋਂ ਕਹਿ ਰਿਹਾ ਮੈਨੂੰ ਬਰਬਾਦ ਕਰ ਦੂੰ ਗੰਦਾ ਇਨਸਾਨ ਗੰਦਾ ਕੀੜਾ ਪੁੱਛੋ ਨਾ ਕਿ ਸਾਡੀ ਸਾਰੇ ਰਿਸ਼ਤੇਦਾਰੀ ਤੋਂ ਕਿ ਵਿੱਕੀ ਕੀ ਹੈ ਇਹ ਮਨਮੋਹਨ ਸਿੰਘ ਦੂਜਾ ਜਿਹੜਾ ਵਿੱਕੀ ਇਹ ਕੀ ਹੈ ਕੀ ਕੁਛ ਕਰ ਰਿਹਾ ਕਿਸੇ ਨੇ ਆ ਕੇ ਪੁੱਛਿਆ ਕੋਈ ਨਹੀਂ ਮੇਰੀ ਕੁਰਬਾਨੀ ਹੋਈ ਸਹੀ ਮੇਰੀ ਮੌਤ ਤੋਂ ਬਾਅਦ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਸਮਝ ਆ ਜਾਵੇ ਪਰ ਉਦੋਂ ਜੇ ਤੁਹਾਡਾ ਜ਼ਮੀਰ ਜਾਗ ਪਵੇ ਨਾ ਅੱਜ ਗਵਾ ਲਿਆ ਤੁਸੀਂ ਆਪਣਾ ਇੱਕ ਕੀਰਤਨੀਆ ਅੱਜ ਗਵਾ ਲਿਆ ਤੇ ਮੇਰੇ ਤੋਂ ਬਾਅਦ ਕਿਸੇ ਹੋਰ ਨਾਲ ਨਾ ਆਓ ਹੋਣ ਦਿਓ ਆ ਦੋਨਾਂ ਮਨਮੋਹਨ ਸਿੰਘਾਂ ਨੂੰ ਵਿੱਕੀ ਨੂੰ ਵੀ ਤੇ ਮੋਹਣੀ ਨੂੰ ਵੀ ਇਹਨਾਂ ਦੋਨੋਂ ਮਨਮੋਹਨ ਸਿੰਘਾਂ ਨੂੰ ਆ ਕੇ ਸੋਧਾ ਲਾਓ ਮੈਨੂੰ ਪਤਾ ਕਿਤੇ ਨਾ ਕਿਤੇ ਚੜ੍ਹਦੀ ਕਲਾ ਵਾਲੇ ਸਿੰਘ ਬੈਠੇ ਹੋਣਗੇ ਉਹ ਕਿੱਥੇ ਹੋ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਚੜ੍ਹਦੀ ਕਲਾ ਵਾਲੇ ਸਿੰਘ ਪਰ ਬਾਅਦ ਵਿੱਚ ਅਖੀਰ ਤੇ ਆਪਣੀ ਮਾਂ ਨੂੰ ਕਹਿ ਦਿਆਂ ਕਿ ਮਾਏ ਤੈਨੂੰ ਪਿੱਟ ਪਿੱਟ ਕੇ ਕਹਿੰਦਾ ਸਾਂ ਕਿ ਘਰੋਂ ਬਾਹਰ ਨਾ ਨਿਕਲ ਆ ਗੰਦੇ ਲੋਕ ਬੈਠੇ ਨੇ ਬਾਹਰ ਮਨਮੋਹਨ ਸਿੰਘ ਮੋਹਣੀ ਵਰਗੇ ਤੇ ਮਨਮੋਹਨ ਸਿੰਘ ਵਿੱਕੀ ਵਰਗੇ ਕਿ ਮਾਏ ਬਾਹਰ ਨਾ ਨਿਕਲ ਅੱਜ ਦਾਗ ਮੈਨੂੰ ਨਹੀਂ ਲੱਗਿਆ ਉਹ ਮੇਰੇ ਵਰਗੇ ਤੇ ਕਈ ਆਏ ਕਈ ਗਏ ਸਟੇਜ ਤੇ ਕੀਰਤਨ ਕਰਦਾ ਸੀ ਮੈਂ ਦੁਨੀਆ ਕਹਿੰਦੀ ਸੀ ਕਿ ਤੁਹਾਨੂੰ ਮਾਂ ਜਿਹਨੇ ਇੱਦਾਂ ਦੇ ਬੱਚੇ ਨੂੰ ਜਨਮ ਦਿੱਤਾ ਹੈ ਤੇ ਅੱਜ ਦੁਨੀਆ ਕਹਿ ਰਹੀ ਹੈ ਕਲੰਕ ਹੈ ਇਹ ਕਲੰਕ ਮੈਨੂੰ ਨਹੀਂ ਉਹ ਮਾਤਾ ਮੰਮੀ ਤੇਰੀ ਕੁੱਖ ਨੂੰ ਲੱਗਿਆ ਤੇਰੀ ਕੁੱਖ ਨੂੰ ਜੋ ਤੂੰ ਕਰਤੂਤ ਕਰ ਬੈਠੀ ਹੈ ਇਹਨਾਂ ਦੇ ਹੱਥੇ ਚੜ੍ਹ ਕੇ ਇਹਨਾਂ ਗੰਦੇ ਲੋਕਾਂ ਦੇ ਹੱਥੇ ਚੜ੍ਹ ਕੇ ਇਹਨਾਂ ਗੰਦੇ ਲੋਕਾਂ ਦੇ ਹੱਥੇ ਚੜ੍ਹ ਕੇ ਜੋ ਤੂੰ ਬੋਲ ਰਹੀ ਹੈ ਜਿੱਦਾਂ ਤੈਨੂੰ ਮੈਂ ਪੜ੍ਹਾ ਰਹੇ ਹਾਂ ਉੱਦਾਂ ਤੂੰ ਬੋਲ ਰਹੀ ਹੈ ਭੁੱਲ ਗਈ ਹੈ ਸਾਈਕਲਾਂ ਦੇ ਉੱਤੇ ਅੱਧੀ ਅੱਧੀ ਰਾਤ ਨੂੰ ਖੱਡ ਫੜ ਦੀਆਂ ਰੋਲਾਂ ਲਾਉਣ ਜਾਣੀਆਂ ਵੱਟੇ ਪਾ ਕੇ ਲੈ ਕੇ ਜਾਣੇ ਕੱਪੜਿਆਂ ਦੇ ਵਿੱਚ ਜਦੋਂ ਰਾਤ ਨੂੰ ਕੁੱਤੇ ਪੈਂਦੇ ਹੁੰਦੇ ਸੀ ਮਾਏ ਭੁੱਲ ਗਈ ਹੈ ਕੱਪੜੇ ਦੇ ਉੱਤੇ ਪਿਆਜ਼ ਦਾ ਰਸ ਲਾ ਕੇ ਅੱਖਾਂ ਨੂੰ ਲਾ ਲਾ ਕੇ ਰੋਲਾਂ ਲਾਉਂਦਾ ਹੁੰਦਾ ਸੀ ਖੰਡ ਪਾੜਦੀਆਂ ਭੁੱਲ ਗਈ ਹੈ ਮਾਏ ਮੈਂ ਤੇ ਉਹੀ ਸੀ ਉਹੀ ਓ ਹਾਂ ਤੇ ਉਹੀ ਮਰਾਂਗਾ ਪਰ ਤੂੰ ਇਹ ਮਨਮੋਹਨ ਸਿੰਘ ਦੇ ਹੱਥੇ ਚੜ੍ਹੀ ਹੈ ਮੈਂ ਸਾਰਿਆਂ ਨੂੰ ਕਹਿ ਦਿਆਂ ਮਾਂ ਮੇਰੀ ਦਾ ਕੋਈ ਕਸੂਰ ਨਹੀਂ ਸੀ ਇਹਨਾਂ ਨੇ ਹੱਥੇ ਚੜ੍ਹਾਇਆ ਇਹਨਾਂ ਨੇ ਹਿਪਨੋਟਾਈਜ਼ ਕੀਤਾ ਹੋਇਆ ਇਹਨਾਂ ਨੇ ਵਰਗਲਾਇਆ ਹੋਇਆ ਤੇ ਬਹੁਤ ਹੱਦ ਤੱਕ ਇਹ ਵੀ ਚਾਂਸ ਹੈ ਕਿ ਇਹ ਮਨਮੋਹਨ ਸਿੰਘ ਵਿੱਕੀ ਜਿਹੜਾ ਮੇਰੀ ਮਾਂ ਨੂੰ ਕਿਸੇ ਗੱਲੋਂ ਬਲੈਕਮੇਲ ਵੀ ਕਰਦਾ ਹੋਵੇ ਤੇ ਅਖੀਰ ਦੇ ਵਿੱਚ ਮੈਂ ਆਪਣੀ ਧੀ ਨੂੰ ਆਪਣੇ ਪੁੱਤਰ ਨੂੰ ਤੇ ਆਪਣੀ ਸਿੰਘਣੀ ਨੂੰ ਆਪਣੇ ਬੱਚਿਆਂ ਨੂੰ ਕਹਿਣਾ ਚਾਹੁੰਦਾ ਕਿ ਫਿਕਰ ਨਾ ਕਰਿਓ ਮੈਂ ਵੀ ਆਪਣੇ ਪਿਓ ਤੋਂ ਬਿਨਾਂ ਪਲ ਗਿਆ ਨਾ ਕੋਈ ਫਰਕ ਨਹੀਂ ਪੈਂਦਾ ਹੁੰਦਾ ਤੁਸੀਂ ਵੀ ਆਪਣੇ ਪਿਓ ਤੋਂ ਤੁਹਾਨੂੰ ਮਾਂ ਤੁਹਾਡੇ ਕੋਲ ਬੱਚੇ ਹੋ ਸੱਚ ਕੀਰਤ ਸਿੰਘ ਅਨੰਦਪ੍ਰੀਤ ਕੌਰ ਤੁਹਾਡੇ ਕੋਲ ਤੁਹਾਡੀ ਮਾਂ ਹੈ
ਸ਼ੇਰਨੀ ਹੈ, ਸ਼ੇਰਨੀ ਹੋ, ਸ਼ੇਰਨੀ ਹੋ, ਜਿਹਨਾਂ ਉਹਨੇ ਮੈਨੂੰ ਸਾਂਭਿਆ ਨਾ, ਤੁਹਾਨੂੰ ਕਿਉਂ ਸਾਂਭੂਗੀ, ਸਾਂਭੂਗੀ ਹੋ। ਮੇਰੀ ਮਾਂ ਨੇ ਮੇਰੇ ਨਾਲ ਇੱਦਾਂ ਕੀਤਾ, ਬੱਚੋ ਤੁਹਾਡੀ ਮਾਂ ਨਹੀਂ ਕਰੇਗੀ ਤੁਹਾਡੇ ਨਾਲ ਇੱਦਾਂ। ਉਹ ਸ਼ੇਰਨੀ ਆ, ਉਹ ਸੱਚੀ ਮੁੱਚੀ ਗੁਰੂ ਗੋਬਿੰਦ ਸਿੰਘ ਦੀ ਧੀ ਹੈ, ਉਹ ਤੁਹਾਨੂੰ ਕੁਝ ਬਣਾਏਗੀ, ਪਰ ਭੁੱਲ ਕੇ ਵੀ ਰਾਖੀ ਨਾ ਬਣਿਓ ਕਦੀ, ਕਦੀ ਕੀਰਤੀ ਨਹੀਂ ਨਾ ਬਣਿਓ। ਸਿੱਖਾਂ ਨੇ ਆਹੀ ਕੁਝ ਦੇਣਾ, ਆ ਸਿੱਲਾ ਦੇਣਾ ਜਿਹੜਾ ਸਿੱਖਾਂ ਨੇ, ਆ ਸਿੱਲਾ ਦੇਣਾ ਜਿਹੜਾ ਸਿੱਖਾਂ ਨੇ।